ਸਾਰੇ ਨਵਾਂ ਸ਼ਹਿਰ ਰੋਡਵੇਜ ਦੇ ਦਫ਼ਤਰ 'ਚ ਖੜ੍ਹੇ ਹਾਂ। ਮੈਂ ਧੰਨਵਾਦ ਕਰਦਾ ਜੀ ਐਮ ਸਾਹਿਬ ਦਾ, ਸਮੁੱਚੀ ਰੋਡਵੇਜ ਦੀ ਟੀਮ ਦਾ, ਔਰ ਖਾਸ ਕਰਕੇ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਆਪਣੇ ਲਾਲਜੀਤ ਸਿੰਘ ਭੁੱਲਰ ਜੀ ਦਾ, ਜਿਨ੍ਹਾਂ ਨੇ ਇੱਥੇ ਅੱਜ ਬੱਸ ਆਪਾਂ ਸ਼ੁਰੂ ਕੀਤੀ ਹੈ ਦਿੱਲੀ ਏਅਰਪੋਰਟ 'ਤੇ ਜਾਣ ਲਈ, ਕਿਉਂਕਿ ਇਹ ਸਾਡੀ ਐੱਨ ਆਰ ਆਈ ਬੈਲਟ ਆ। ਇੱਥੋਂ ਨਵਾਂਸ਼ਹਿਰ ਬੰਗਾ ਬਲਾਚੌਰ ਗੜਸ਼ੰਕਰ ਤੋਂ ਬਹੁਤ ਹੀ ਮੇਰੇ ਐੱਨ ਆਰ ਆਈ ਵੀਰ, ਕਿਉਂਕਿ ਸਾਨੂੰ ਵੀ ਬਾਹਰਲੇ ਮੁਲਕਾਂ 'ਚ ਜਾਣ ਦਾ ਮੌਕਾ ਜਦੋਂ ਮਿਲਦਾ, ਜਦੋਂ ਅਸੀਂ ਨਵਾਂਸ਼ਹਿਰ ਤੋਂ ਦਿੱਲੀ ਤੱਕ ਜਾਈਦਾ, ਬੜੀ ਮੁਸ਼ਕਿਲ ਔਰ ਬੜਾ ਘੱਟ ਰੇਟ 'ਤੇ ਆ। ਔਰ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਜਿਹੜੀ ਇਹ ਬੱਸ ਦਿੱਲੀ ਏਅਰਪੋਰਟ 'ਤੇ ਪਹੁੰਚਾਊਗੀ, ਉੱਥੋਂ ਅੱਗੇ ਇਹਨਾਂ ਦੀ ਪੰਜ ਬੱਸ ਹੀ ਅੱਗੇ ਲੈ ਕੇ ਜਿਹੜਾ 4 ਕਿਲੋਮੀਟਰ ਦਾ ਆ ਜੋ ਐਨ ਏਅਰਪੋਰਟ ਦੇ ਅੰਦਰ ਤੱਕ ਸਵਾਰੀ ਨੂੰ ਪਹੁੰਚ ਕਰੂਗੀ। ਇਸ ਕਰਕੇ ਇਹ ਬੜੀ ਖੁਸ਼ੀ ਦੀ ਗੱਲ ਆ, ਕਿਉਂਕਿ ਪਹਿਲੀਆਂ ਜਿਹੜੀਆਂ ਸੀਗੀਆਂ ਸਾਡੀਆਂ ਰਵਾਇਤੀ ਪਾਰਟੀਆਂ ਸਿਰਫ ਆਪਣੇ ਬੰਦਿਆਂ ਨੂੰ ਪਾਲਦੀਆਂ ਰਹੀਆਂ, ਔਰ ਇਹ ਜਿਹੜੇ ਸਰਕਾਰੀ ਰੋਡਵੇਜ਼ ਦਾ ਅਧਾਰਾ ਆ, ਇਹ ਦਿਨ ਵਿੱਚ ਡੇ ਬਾਈ ਡੇ ਥੱਲੇ ਨੂੰ ਜਾ ਰਿਹਾ ਸੀ, ਪਰ ਸਾਡੀ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਆ, ਔਰ ਇਹ ਜਿਹੜਾ ਕੰਮ ਆ ਕਾਮਯਾਬ ਹੋਊਗਾ। ਔਰ ਥੋੜ੍ਹੇ ਹੀ ਦਿਨਾਂ ਬਾਅਦ ਨਵਾਂਸ਼ਹਿਰ ਤੋਂ ਜਿਹੜੀ ਅੱਜ ਹੁਸ਼ਿਆਰਪੁਰ ਤੋਂ ਦਿੱਲੀ ਆ, ਥੋੜ੍ਹੇ ਮੇਰੀ ਮੰਤਰੀ ਜੀ ਨਾਲ ਗੱਲ ਹੋਈ ਆ ਕਿ ਨਵਾਂਸ਼ਹਿਰ ਤੋਂ ਥੋੜ੍ਹੇ ਹੀ ਦਿਨਾਂ 'ਚ ਜੀ ਐੱਮ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਮਾਤਾ ਚਿੰਤਪੁਰਨੀ 'ਤੇ ਜਿਹੜਾ ਰੂਟ ਬੰਦ ਹੋਇਆ ਜੀ, ਉਹ ਵੀ ਅਸੀਂ ਇੱਥੋਂ ਜਿਹੜੇ ਥੋੜ੍ਹੇ ਦਿਨਾਂ ਦੇ ਵਿੱਚ ਲਾਵਾਂਗੇ, ਤਾਂ ਕਿ ਲੋਕ ਮਾਤਾ ਦੇ ਦਰਸ਼ਨ ਕਰ ਸਕਣ। ਕੋਈ ਨਹੀਂ ਕੋਈ ਨਹੀਂ ਹੋਊਗੀ ਜੀ, ਅੱਜ ਕੀਤਾ ਗਿਆ ਸੀਗਾ ਏਅਰਪੋਰਟ ਲਈ, ਉਸੇ ਲੜੀ ਦੇ ਵਿੱਚ ਅੱਜ ਸਾਡੇ ਹਲਕਾ ਇੰਚਾਰਜ ਸੀ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਆਪਣੀ ਗੱਡੀ ਨੂੰ ਇੱਥੋਂ ਜਿਹੜਾ ਕਰ ਰਹੇ ਹਾਂ ਦਿੱਲੀ ਏਅਰਪੋਰਟ ਵਾਸਤੇ। ਅਸੀਂ ਆਉਣ ਵਾਲੇ ਟਾਈਮ 'ਚ ਇੱਥੋਂ ਨਵੇਂ ਸ਼ਹਿਰ ਤੋਂ ਵੀ ਹੋਰ ਗੱਡੀਆਂ ਚਲਾਉਣ ਦੀ ਅਸੀਂ ਤਜਵੀਜ਼ ਭੇਜ ਦਿੱਤੀ ਹੈ ਦਫ਼ਤਰ ਦੇ, ਉਹ ਜਲਦੀ ਅੱਗੇ ਤੋਂ ਗੱਡੀਆਂ ਤੋਂ ਹੋਰ ਮਿਲ ਜਾਏ। ਸਰ ਕਿਰਾਇਆ ਕਿੰਨੀ ਸਰ? ਹੁਸ਼ਿਆਰਪੁਰ ਤੋਂ ਜਿਹੜੀ ਗੱਡੀ 640 'ਤੇ ਚੱਲੂਗੀ ਅਤੇ 1240 ਰੁਪਏ ਕਿਰਾਇਆ ਵਾ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਤੋਂ, ਇਹਦਾ 7-8 ਘੰਟਿਆਂ ਦਾ ਟਾਈਮ ਆ ਅਤੇ 1070 ਰੁਪਏ ਦਾ ਕਿਰਾਇਆ ਵਾ ਨਵਾਂਸ਼ਹਿਰ ਤੋਂ। ਟਾਈਮਿੰਗ ਕੀ ਪਹੁੰਚਣ ਦਾ? ਟਾਈਮਿੰਗ ਇਹਦੀ 7:55 ਹੈਗੀ ਹੈ ਅਤੇ ਇਹਦੀ ਚੰਡੀਗੜ੍ਹ ਤੋਂ ਅਤੇ ਇਹ ਸੁਬਹਾ 12 ਵਜੇ ਉੱਥੋਂ ਵਾਪਸੀ ਤੇ ਵਾਪਸੀ। ਇਹਦੇ ਵਿੱਚ ਐੱਨ ਆਰ ਆਈ ਜਿਹੜੇ ਆ ਕੋਈ ਸਫ਼ਰ ਕਰ ਸਕਦੇ? ਨਹੀਂ ਨਹੀਂ ਕੋਈ ਨਹੀਂ ਨਹੀਂ ਕੋਈ ਵੀ ਆਇਆ ਸਫ਼ਰ ਕਰ ਸਕਦਾ ਐੱਨ ਆਰ ਆਈ ਵੀਰਾਂ ਦੇ ਨਾਲ ਨਾਲ, ਕੋਈ ਵੀ ਸਵਾਰੀ ਦਿੱਲੀ ਤੱਕ ਜਾਣਾ ਚਾਹੁੰਦੀ ਉਹ ਵੀ ਸਫ਼ਰ ਕਰ ਸਕਦਾ। ਬੁਕਿੰਗ ਦਾ ਕੀ ਪ੍ਰੋਗਰਾਮ? ਬੁਕਿੰਗ ਆਨਲਾਈਨ ਬੁਕਿੰਗ ਹੈਗੀ ਹੈ ਜੀ, ਇਹਦੀ ਆਨਲਾਈਨ ਸਾਈਟ ਹੈਗੀ ਹੈ, ਜੇ ਕਿਤੇ ਵੀ ਉੱਦਾਂ ਵੀ ਪ੍ਰੋਬਲਮ ਜੇ ਮੈਨੂਅਲੀ ਸਾਡੇ ਦਫ਼ਤਰ ਆ ਕੇ ਵੀ ਬੁੱਕ ਕਰਾ ਸਕਦੇ। ਨਵਾਂ ਸਰ 'ਚ ਕੋਈ ਨਹੀਂ ਅੱਜ ਜਿਹੜੇ ਜਾ ਰਹੇ ਨੇ? ਅੱਜ ਕੋਈ ਸਵਾਰੀ ਨਵਾਂ ਸ਼ਹਿਰੋਂ ਬੈਠੀ ਹੈ? ਹਾਂਜੀ ਬਿਲਕੁਲ ਬੈਠੀ ਹੈ। ਠੀਕ ਹੈ ਠੀਕ ਹੈ। ਹੈਲੋ।